ਸੋ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਬੱਸ ਸਟੈਂਡ ਦੀਆਂ ਜਿੱਥੇ ਸੁੰਨਸਾਨ ਸ਼ਾਈ ਪਈ ਹੈ 27 ਸਤੰਬਰ ਦੇ ਬੰਦ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ 28 ਸਤੰਬਰ ਨੂੰ ਪੂਰਨ ਤੌਰ ਦੇ ਉੱਤੇ ਭਾਰਤ ਜਿਹੜਾ ਹੈ ਉਹ ਬੰਦ ਕੀਤਾ ਜਾਣਾ ਹੈ ਹਾਲਾਂਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਚਾਲੂ ਰਹਿਣਗੀਆਂ ਐਮਰਜੈਂਸੀ ਸੇਵਾਵਾਂ ਦੇ ਮੱਦੇਨਜ਼ਰ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਅਦਾਰੇ ਨੇ ਉਹ ਖੁੱਲੇ ਰਹਿਣਗੇ ਜਿਸ ਦੇ ਵਿੱਚ ਫਾਇਰ ਬ੍ਰਿਗੇਡ ਦੀ ਜਿਹੜੀ ਅਦਾਰਾ ਆਉਂਦਾ ਨਾਲ ਦੀ ਨਾਲ ਜਿਹੜੀਆਂ ਮੈਡੀਕਲ ਸਹੂਲਤਾਂ ਨੇ ਉਹ ਵੀ ਜਿਹੜੀਆਂ ਨੇ ਖੁੱਲੀਆਂ ਰਹਿਣਗੀਆਂ ਪਰ ਬਾਕੀ ਲੋਕਾਂ ਦੇ ਵੱਲੋਂ ਵੀ ਸੰਪੂਰਨ ਤੌਰ ਦੇ ਉੱਤੇ ਸਮਰਥਨ ਦਿੱਤਾ ਜਾ ਰਿਹਾ ਹੈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਤਸਵੀਰਾਂ ਦੇ ਉੱਤੇ ਇੱਕ ਵਾਰ ਤੁਹਾਡੀ ਝਾਤ ਮਰਵਾ ਦਿੰਦੇ ਆ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਪਿੱਛੇ ਤਸਵੀਰਾਂ ਤੁਸੀਂ ਦਿਖਾ ਦਿਓ ਕਿ ਕਿਵੇਂ ਜਿਹੜਾ ਸੁੰਨਸਾਨ ਸ਼ਾਈ ਪਈ ਹੈ ਚਲੰਦਰ ਦੇ ਬੱਸ ਸਟੈਂਡ ਤੋਂ ਤੁਹਾਨੂੰ ਲਾਈਵ ਤਸਵੀਰਾਂ ਇਹ ਦਿਖਾ ਰਹੇ ਆ ਜਿੱਥੇ ਚਹਿਲ ਪਹਿਲ ਹੁੰਦੀ ਹੈ ਇਸ ਵਕਤ ਲੋਕਾਂ ਦਾ ਆਉਣ ਜਾਣ ਇੰਨਾ ਜ਼ਿਆਦਾ ਹੁੰਦਾ ਹੈ ਲੋਕ ਡਿਊਟੀਆਂ ਤੇ ਜਾਂਦੇ ਨੇ ਜਾਂ ਹੋਰ ਵੀ ਜਿਹੜਾ ਆਵਾਜਾਈ ਦੇ ਸਾਧਨ ਵਜੋਂ ਜਿਹੜੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਯੂਜ਼ ਕਰਦੇ ਨੇ ਵਰਤਦੇ ਨੇ ਉਹ ਅੱਜ ਤੁਸੀਂ ਬੱਸ ਸਟੈਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਸੁੰਨਸਾਨ ਸ਼ਾਈ ਪਈ ਹੈ ਕੋਈ ਵੀ ਚਿੜੀ ਵੀ ਪਰ ਨਹੀਂ ਮਾਰ ਰਹੀ ਇਸ ਤਰੀਕੇ ਦੇ ਨਾਲ ਪੂਰਨ ਤੌਰ ਦੇ ਉੱਤੇ ਜਿਹੜਾ ਇਹ 27 ਸਤੰਬਰ ਦਾ ਬੰਦ ਜਿਹੜਾ ਉਹ ਉਹ ਜਲੰਧਰ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੋਰ ਵੀ ਪੁਖਤਾ ਜਾਣਕਾਰੀਆਂ ਜਿੰਨੀਆਂ ਵੀ ਹੋਣਗੀਆਂ 27 ਸਤੰਬਰ ਦੇ ਬੰਦ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦਾ ਰਹੇਗਾ ਟੀਵੀ ਅਨਰਾਏ ਤੁਸੀਂ ਦੇਖ ਸਕਦੇ ਹੋ ਜਿਸ ਰੋਡ ਦੇ ਉੱਤੇ ਖੜੇ ਆ ਨੈਸ਼ਨਲ ਹਾਈਵੇ ਹੈ ਜਿਹੜਾ ਜਲੰਧਰ ਤੋਂ ਦਿੱਲੀ ਨੂੰ ਜਾਂਦਾ ਹੈ ਇਸ ਰੋਡ ਦੇ ਉੱਤੇ ਖੜੇ ਆ ਤਾਂ ਸਨਸਾਨ ਤੁਸੀਂ ਪਿੱਛੇ ਪਈ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਪੂਰਨ ਤੌਰ ਦੇ ਉੱਤੇ ਬੰਦ ਹੈ ਜਿਹੜਾ 27 ਸਤੰਬਰ ਨੂੰ ਕਿਹਾ ਗਿਆ ਸੀ ਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਜਿਹੜਾ 27 ਸਤੰਬਰ ਨੂੰ ਆ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਬੰਦ ਜਿਹੜਾ ਹੈ ਕਰਨ ਦਾ ਐਲਾਨ ਕੀਤਾ ਸੀ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਇਸ ਦਾ ਪ੍ਰਜ਼ੋਰ ਜਿਹੜਾ ਹੈ ਹਮਾਇਤ ਕੀਤੀ ਜਾ ਰਹੀ ਹੈ ਇਸ ਦੀ ਨਾਲ ਲੱਗਦੇ ਬਹੁਤ ਸਾਰੀਆਂ ਤਸਵੀਰਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੌਕੇ ਦੇ ਹਾਲਾਤਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਲੈ ਕੇ ਟੀਵੀ ਦਾ ਰਾਜੀ ਤੁਹਾਡੇ ਨਾਲ ਮੁਖਾਤਬ ਹੈ